ਬਾਜੀਗਰ ਇੱਕ ਜਾਤ ਆ ਜੀ, ਜੋ ਕਿ ਸਾਡੇ ਪਿਤਾ ਪੁਰਖੀ ਉਹਨਾਂ ਦੀ ਜਾਤ ਸੀ ਬਾਜੀਗਰ ਜੀ। ਬਜ਼ੁਰਗਾਂ ਤੋਂ ਇਹ ਕੰਮ ਸਿੱਖਿਆ, ਨਿੱਕੇ ਹੁੰਦੇ ਨਾਲ ਪੜ੍ਹਾਈਆਂ ਕਰਦੇ ਸੀ, ਨਾਲ ਇਹ ਗੇਮਾਂ ਕਰਦੇ ਸੀ। ਸੋ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਵਾਰਮ ਅਪ ਹੁੰਦੇ ਹਾਂ, ਸਰੀਰ ਗਰਮ ਕਰਦੇ ਆ ਪਹਿਲਵਾਨ। ਉਸ ਤੋਂ ਬਾਅਦ ਸਰੀਆ, ਡਾਂਗਾਂ, ਗਾਡਰ ਔਰ ਕਈ ਤਰ੍ਹਾਂ ਦੇ ਮੂਵਮੈਂਟ ਆ ਜੋ ਅਸੀਂ ਕਰਦੇ ਹਾਂ। ਇਸ ਦਾ ਨਾਂ ਤਾਂ ਹੀ ਰੱਖਿਆ ਗਿਆ, ਇਹਦਾ ਨਾਂ ਹੈਗਾ ਜਾਣ ਦੀ ਬਾਜ਼ੀ। ਜੇ ਲੱਗ ਗਈ ਤਾਂ ਠੀਕ ਹੈ, ਨਹੀਂ ਤਾਂ ਜਾਣ ਗਈ। ਇਹ ਉਸ ਕਰਕੇ ਦਾ ਨਾਂ ਬਾਜੀਗਰ ਪੈਂਦਾ। ਜਦੋਂ ਲੋਕ ਦੇਖਦੇ ਆ, ਮਨੋਰੰਜਨ ਕਰਦੇ, ਉਹਨਾਂ ਦਾ ਬਹੁਤ ਖੁਸ਼ ਹੁੰਦੇ ਆ। ਖੁਸ਼ ਹੋ ਕੇ ਸਾਡਾ ਮਾਣ ਸਨਮਾਨ ਵੀ ਕਰਕੇ ਜਾਂਦੇ ਆ, ਸਾਡਾ ਵਿਰਸਾ ਗਾਂਹ ਦੀ ਗਾਂਹ ਚੱਲਦਾ ਰਹੇ। ਹਾਂਜੀ, ਇਹ ਸ਼ੁਰੂ ਤੋਂ ਸਾਨੂੰ ਛੋਟੇ ਹੁੰਦਿਆਂ ਤੋਂ ਸਿਖਾਇਆ ਜਾਂਦਾ ਜੀ। ਸਾਡੇ ਫਾਦਰ ਸਾਹਿਬ, ਦਾਦਾ ਪੜਦਾਦਾ ਜੀ ਇਹ ਕੰਮ ਕਰਦੇ ਸੀ। ਜਿਸ ਤਰ੍ਹਾਂ ਨਾਲ ਦੀ ਨਾਲ ਪੜ੍ਹਾਈ ਕਰੀ ਜਾਂਦੇ, ਨਾਲ ਦੀ ਨਾਲ ਅਸੀਂ ਆਪਣਾ ਇਹ ਵਿਰਸਾ ਜਾਰੀ ਰੱਖਦੇ ਹਾਂ ਜੀ, ਕਿਉਂਕਿ ਅਸੀਂ ਸਾਂਭ ਕੇ ਰੱਖਿਆ ਸਾਡੇ ਦਾਦੇ ਪੜਦਾਦਿਆਂ ਨੇ। ਸੋ ਅਸੀਂ ਸਰਕਾਰ ਅੱਗੇ ਇਹੀ ਮੰਗ ਕਰਦੇ ਹਾਂ ਕਿ ਇਸ ਚੀਜ਼ ਨੂੰ ਗਾਂਹ ਤੋਂ ਗਾਂਹ ਹੋਰ ਪੇਸ਼ ਕੀਤਾ ਜਾਵੇ।